ਅੱਜ ਇਹ ਵੀਡੀਓ ਬਣਾ ਰਿਹਾ ਤਾਂ ਕਿ ਇੱਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਹੋ ਸਕੇ। ਇਹ ਮੇਰਾ ਬਾਈ ਕਰਮਜੀਤ ਸਿੰਘ, ਪਿੰਡ ਸਾਹੋਕੇ, ਜ਼ਿਲ੍ਹਾ ਸੰਗਰੂਰ, ਤੇ ਇਹ ਇਹਨਾਂ ਦੇ ਵਾਈਫ ਨੇਗੇ ਸੁਖਵਿੰਦਰ ਕੌਰ। ਇਹਨਾਂ ਨੂੰ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਇਹਨਾਂ ਦੇ ਦੋਨੋਂ ਗੁਰਦੇ ਨੇ ਜੋ ਡੈਮੇਜ ਹੋ ਚੁੱਕੇ। ਉਸਦਾ ਕਾਰਨ ਇਹ ਸੀ ਕਿ ਇਹਨਾਂ ਕੋਲ ਬੱਚਾ ਹੋਣ ਵਾਲਾ ਸੀਗਾ ਤੇ ਉਹ ਜਨਮ ਤੋਂ ਪਹਿਲਾਂ ਹੀ ਪੂਰਾ ਹੋ ਗਿਆ, ਜਿਸ ਕਰਕੇ ਇਹਨਾਂ ਦੇ ਦੋਨੋਂ ਗੁਰਦੇ ਖਰਾਬ ਹੋ ਚੁੱਕੇ ਨੇ। ਇਹਨਾਂ ਦੇ ਡਾਇਲਿਸਿਸ ਵੀ ਹਫ਼ਤੇ 15 ਦਿਨਾਂ ਬਾਅਦ ਇਹਨਾਂ ਡਾਇਲਿਸਿਸ ਕਰਾਇਆ ਜਾਂਦਾ, ਖੂਨ ਸਾਫ਼ ਕਰਾਇਆ ਜਾਂਦਾ ਹੈਗਾ, ਜਿੱਥੇ 3-4 ਹਜ਼ਾਰ ਰੁਪਇਆ ਮਤਲਬ ਖਰਚਾ ਆ ਹੀ ਜਾਂਦਾ ਹੈਗਾ। ਇਹ ਪਰਿਵਾਰ ਹੁਣ ਅੱਜ ਤੋਂ 7-8 ਮਹੀਨੇ ਹੋ ਗਏ, ਯਾਨੀ ਕਿ ਇਹ ਪ੍ਰੋਬਲਮ ਨਾਲ ਜੂਝਦਿਆਂ ਨੂੰ, ਤੇ ਇਹਨਾਂ ਦਾ ਘੱਟੋ ਘੱਟ 4-5 ਲੱਖ ਰੁਪਇਆ ਇਹਨਾਂ ਲੱਗ ਚੁੱਕਿਆ, ਜਿੰਨਾ ਕਿ ਲਾ ਸਕਦੇ ਸੀ ਫੜ ਕੇ ਕਿਸ ਤੋਂ। ਇਸ ਲਈ ਹੋਰ ਇਹਨਾਂ ਕੋਲ ਪੈਸਾ ਲਾਉਣ ਵਾਸਤੇ ਹੈ ਨਹੀਂ, ਤੇ ਜੇਕਰ ਮੇਰਾ ਵੀਰ ਕੋਈ ਇਹਨਾਂ ਦੀ ਹੈਲਪ ਸਟਾਰਟ ਕਰ ਜੋ ਹੈਲਪ ਕਰ ਸਕਦਾ ਉਹ ਪਲੀਜ਼ ਕੰਟੈਕਟ ਕਰ ਲਏ। ਨੰਬਰ ਸਾਡਾ 82-83-84-90-44, 82-83-84-90-44। ਇਹ ਇਹਨਾਂ ਦੀਆਂ ਦੋ ਬੇਟੀਆਂ ਨੇ ਛੋਟੀਆਂ ਛੋਟੀਆਂ, ਇੱਕ ਦੀ 3 ਕੁ ਸਾਲ ਉਮਰ ਹੈ ਤੇ ਇੱਕ ਦੀ 5 ਕੁ ਸਾਲ, ਤੇ ਬਹੁਤ ਛੋਟੀਆਂ ਛੋਟੀਆਂ ਨੇਗੀਆਂ। ਇਹਨਾਂ ਅਗਰ ਇਹਨਾਂ ਦੀ ਡੈਥ ਹੋ ਗਈ ਤਾਂ ਇਹਨਾਂ ਦਾ ਪਰਿਵਾਰ, ਉਹਨਾਂ ਦੀ ਸਾਰੀ ਜ਼ਿੰਦਗੀ ਖਰਾਬ ਹੋ ਜੂਗੀ। ਅਗਰ ਇਹ ਆਪਣਾ ਘਰ ਬਾਰ ਸਾਰਾ ਵੇਚ ਕੇ ਵੀ ਪੈਸੇ ਇਹਨਾਂ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਨ ਤਾਂ ਵੀ ਉਹਨੇ ਪੈਸੇ ਇਕੱਠੇ ਨਹੀਂ ਹੋ ਸਕਦੇ। ਡਾਕਟਰ ਨੇ 14-15 ਲੱਖ ਰੁਪਏ ਦੀ ਲਾਗਤ ਦੱਸੀ ਆ ਕਿ ਆਪਰੇਸ਼ਨ ਤੇ ਇੰਨੇ ਪੈਸੇ ਲੱਗ ਜਾਣਗੇ। ਜੇ ਸਾਨੂੰ ਹੋਰ ਪਾਸਿਓਂ ਅਸੀਂ ਬਹੁਤ ਜਾ ਕੇ ਦੇਖ ਲਿਆ ਪਰ ਕਿਸੇ ਪਾਸਿਓਂ ਹੈਲਪ ਨਹੀਂ ਮਿਲੀ। ਆਖਿਰ ਨੂੰ ਅਸੀਂ ਵੀਡੀਓ ਬਣਾ ਕੇ ਨੈਟ ਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਮੇਰਾ ਵੀਰ ਕੋਈ ਵੀ ਹੈਲਪ ਕਰ ਸਕਦਾ ਪੈਸਿਆਂ ਦੀ ਜਾਂ ਇਹਨਾਂ ਦੇ ਇਲਾਜ ਵਾਸਤੇ ਤਾਂ ਉਹ ਜ਼ਰੂਰ ਸਾਡੀ ਹੈਲਪ ਕਰੇ। ਤੇ ਇਸ ਵੀਡੀਓ ਨੂੰ ਵੀਰੇ ਅੱਗੇ ਵੀ ਸ਼ੇਅਰ ਕਰਿਓ ਜੋ ਵੀ ਮੇਰਾ ਵੀਰ ਭਰਾ ਦੇਖ ਰਿਹਾ ਹੈਗਾ। ਤੁਹਾਡਾ ਜ਼ਿਆਦਾ ਟਾਈਮ ਨਹੀਂ ਖਰਾਬ ਹੁੰਦਾ ਪਰ ਤੁਹਾਡੇ ਸ਼ੇਅਰ ਕਰਨ ਨਾਲ ਇਹਨਾਂ ਪਰਿਵਾਰ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਸਕਦੀ ਆ। ਥੈਂਕ ਯੂ ਜੀ।